ਆਹ ਮੱਝ ਦੇਖ ਸਕਦੇ ਹੋ, ਇਕੱਲੀ ਖੜੀ ਹੈ, ਬੰਨੀ ਨਹੀਂ ਹੈਗੀ, ਮੈਨੇ ਸ਼ਾਂਤ ਸੁਭਾਅ ਦੀ ਮੱਝ ਹੈਗੀ ਅਤੇ ਬਹੁਤ ਚੰਗੀ ਮੱਝ ਹੈਗੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਆਪਣੇ ਚੈਨਲ ਸ਼ੌਂਕੀ ਡੈਅਰੀ ਫਾਰਮ 'ਤੇ। ਅਤੇ ਅੱਜ ਦੀ ਵੀਡੀਓ ਆਪਾਂ ਭਲੀ ਮੰਡੀ ਤੋਂ ਲਾਈਵ ਕਰਨ ਜਾ ਰਹੇ ਹਾਂ। ਮੱਝਾਂ ਦਾ ਆਪਣਾ ਬਲੌਗ ਹੋਊਗਾ, ਨੈੱਟਵਰਕ ਹੋਣ ਕਰਕੇ ਆਪਾਂ ਇਹਦੇ ਕੁਛ ਕਰ ਨਹੀਂ ਸਕਦੇ ਹੈਗੇ। ਅਤੇ ਦੇਖ ਸਕਦੇ ਹੋ ਟੋਪ ਕੁਆਲਿਟੀ ਦੀਆਂ ਮੱਝਾਂ ਨੇ। ਜੇ ਪਹਿਲੇ ਸੂਏ ਮੱਝਾਂ ਦਾ ਆਪਾਂ ਦਾ ਰੇਟ ਪੁੱਛਿਆ ਸੀਗਾ, ਰੇਟ ਤਾਂ 85 ਹਜ਼ਾਰ, ਦੁੱਧ ਦੇ ਥੱਲੇ ਸੀਗੇ ਕਹਿੰਦੇ 10 ਕਿਲੋ। ਅਤੇ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਗਾ, ਜਿਹੜੇ ਬੈਠੀ ਆ ਤੁਸੀਂ ਦੇਖ ਸਕਦੇ। ਅੱਗੇ ਚੱਲ ਕੇ ਸਾਨੂੰ ਹੋਰ ਵੀ ਆਪਾਂ ਵਧੀਆ ਵਧੀਆ ਮੱਝਾਂ ਦਿਖਾਵਾਂਗੇ। ਅਤੇ ਅੱਜ ਇੱਥੇ ਥੋੜ੍ਹਾ ਜਿਹਾ ਮਤਲਬ ਪਹਿਲਾਂ ਤੋਂ ਹੀ ਪੂਰਾ ਵਧੀਆ ਮਾਹੌਲ ਹੁੰਦਾ, ਜੇ ਥੋੜ੍ਹਾ ਜਿਹਾ ਘੱਟ ਹੈ ਇੱਥੇ। ਅਤੇ ਇਹਦੇ ਨਾਲ ਗਰਮੀ ਕਰਕੇ ਥੋੜ੍ਹਾ ਜਿਹਾ ਗਾਹਕੀ ਦਾ ਅਤੇ ਉਹਦਾ ਫਰਕ ਪੈਂਦਾ ਗਾ, ਪਰ ਅਦਰ ਸਟੇਟ ਦੇ ਗਾਹਕ ਵੀ ਆਉਂਦੇ ਇੱਥੇ, ਜੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵੀ ਹੁੰਦੇ ਹੈਗੇ, ਮੰਗਾਂ ਹੁੰਦੀਆਂ ਚੰਗੀਆਂ। ਬੁਰੀ ਮੱਝ ਦੀ ਬਹੁਤ ਮੱਝਾਂ ਦੀ ਡਿਮਾਂਡ ਹੁੰਦੀ ਹੈਗੀ, ਤਾਂ ਬੁਰੀ ਮੱਝ ਵੀ ਇੱਥੇ ਆ ਦੇ ਖੜੀਆਂ ਚੰਗੇ ਸਿੰਗਾਂ ਵਾਲਿਆਂ ਮੂੰਹ ਦੇਖ, ਬਹੁਤ ਸੋਹਣਾ ਜਰਸੀ ਬੈਲ ਵਰਗਾ ਮੂੰਹ ਇਹਦਾ। ਚੱਲ ਸਿੰਗ ਲੱਗਿਆ ਕਰਕੇ ਫਰਕ ਪੈ ਸਕਦਾ ਹੈਗਾ, ਪਰ ਹੀਟ ਸਟ੍ਰੈਸ ਮੱਝਾਂ 'ਚ ਵੀ ਸ਼ੋਅ ਹੋ ਰਿਹਾ ਜੇ ਇੰਨੀ ਗਰਮੀ ਹੈਗੀ। ਅਤੇ ਅੱਗੇ ਤੁਹਾਨੂੰ ਨਾਲ ਦੀ ਨਾਲ ਆਪਾਂ ਚੱਲਦੇ ਹਾਂਗੇ ਅਤੇ ਦਿਖਾਉਂਦੇ ਹਾਂ ਤੁਹਾਨੂੰ। ਆਹ ਦੇਖ ਲਾ ਵੀ ਡੰਡੀ ਮੱਝ ਹੈਗੀ, ਇਹ ਦੇਖ ਲਾ ਜੇ ਕਿਸੇ, ਕਈ ਭਰਾ ਹੁੰਦੇ ਆ ਵੀ ਆਹ ਜੋੜ ਤੋਂ ਜਾਂ ਪੂਛ ਕੱਢੀ ਹੋਈ ਹੈਗੀ ਉਹਦੇ ਹੱਡ ਤੋਂ। ਇਹ ਕੱਟੀ ਬਹੁਤ ਸੋਹਣੀ, ਜਿਹੜੇ ਪੁਰਾਣੇ ਕੋਈ ਕਲਾਕਾਰੀ ਕੀਤੀ ਇਹਨਾਂ 'ਚ ਪੂਛ 'ਤੇ, ਤਾਂ ਬਹੁਤ ਚੰਗੀ ਕੀਤੀ ਹੈਗੀ ਆ ਪੂਛ ਕੱਟਣ ਵਾਲੇ ਨੇ। ਚੰਗੇ ਕੰਮ ਦੀ ਹਮੇਸ਼ਾ ਸਹਾਇਤਾ ਕੀਤੀ ਜਾਂਦੀ ਹੈ ਅਤੇ ਆਪਾਂ ਵੀ ਕਰਦੇ ਆਰਡਰ। ਬਾਕੀ ਮੱਝ ਦਾ ਦੇਖੀਏ ਤਾਂ ਬਹੁਤ ਹੀ ਚੰਗਾ ਹੈਗਾ, ਅਤੇ ਸੂਏ ਇਹ ਚੌਥੇ ਅਤੇ ਦੁੱਧ ਦੇ ਥੱਲੇ ਕਹਿੰਦੇ 11-12 ਕਿਲੋ ਹੈਗਾ, ਅਤੇ ਰੇਟ ਤਾਂ 95 ਹਜ਼ਾਰ ਸੀਗਾ, ਤਾਂ ਇਹਨੇ ਫੀਮੇਲ ਕਾਫ ਨੂੰ ਜਨਮ ਦਿੱਤਾ ਸੀਗਾ। ਅਤੇ ਅੱਗੇ ਚੱਲ ਕੇ ਸਾਨੂੰ ਹੋਰ ਵੀ ਵਧੀਆ ਵਧੀਆ ਮੱਝਾਂ, ਖੁੱਲ੍ਹੇ ਸਿੰਗਾਂ ਵਾਲੀਆਂ ਮੱਝਾਂ, ਇਹ ਦੇਖਣ 'ਚ ਤਾਂ ਬੋਡੀ ਜੀ ਲੱਗਦੀ ਹੈਗੀ, ਹੈ ਨਾ। ਅਤੇ ਬਾਕੀ ਆਰਡਰ ਦੀ ਦੇਖਾਂਗੇ ਤਾਂ ਬਾਈ ਨੇ ਕਹਿੰਦਾ ਕਮਾਲ ਹੀ ਕਰਤੀ ਆਰਡਰ ਵਾਲੀ ਤਾਂ, ਅਤੇ ਚੰਗਾ ਬਹੁਤ ਹੈਗਾ, ਸ਼ਿੰਗਾਰ ਹੀ ਆ ਪੂਰੀ ਐਂ, ਬਾਕੀ ਕਹਿ ਸਕਦੇ ਹਾਂ ਬਾਕੀ ਮੱਝ ਹੈਗੀ ਪੂਰੇ ਚੰਗੇ ਥਣ ਥੂਣ ਲੱਗੇ ਹੋਏ ਹੈਗੇ। ਅਤੇ ਇੱਕ ਆ ਬਾਈ ਦੁੱਧ ਪਿਆਈ ਜਾਂਦਾ ਤਾਜ਼ੀ ਸੂਈ ਮੱਝ ਹੈਗੀ, ਅਤੇ ਮੱਝ ਵੀ ਤਾਜ਼ੀ ਸੂਈਆਂ, ਤਾਜ਼ਾ ਸੂਈਆਂ ਹੋਈਆਂ, ਜ਼ਿਆਦਾ ਬਹੁਤ ਜ਼ਿਆਦਾ ਮੱਝਾਂ ਨੇ। ਅਤੇ ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਗਰਮੀ ਜ਼ਿਆਦਾ ਹੋਣ ਕਰਕੇ ਹੱਥ ਬੋਲਿਆ ਨਹੀਂ ਜਾਂਦਾ, ਊਂ ਕੁੱਲ ਮਿਲਾ ਕੇ ਮਾਹੌਲ ਸੈੱਟ ਹੁੰਦਾ ਗਾ, ਵਧੀਆ ਮਾਹੌਲ ਹੁੰਦਾ ਮੰਡੀ ਦਾ, ਬਾਹਰਲੇ ਗਾਹਕ ਵੀ ਆਉਂਦੇ ਆ, ਵਧੀਆ ਆਉਂਦੇ ਆ। ਜੇ ਕਿਸੇ ਨੇ ਬਜਾਨੇ ਸੇਲ ਕਰਨੀ ਹੁੰਦੀ ਆ, ਵੇਚਣੀ ਹੁੰਦੀ ਆ, ਆਹ ਦੇਖ ਲਓ ਪੂਰਾ ਥਾਣ ਦੇਖੋ, ਮੁੱਠੀ ਵਾਲੇ ਥਾਣ ਆ, ਪੂਰੀ ਟੋਪ ਕੁਆਲਿਟੀ ਆ। ਅਤੇ ਅੱਗੇ ਚੱਲਦੇ ਹਾਂ, ਸਾਨੂੰ ਦਿਖਾਉਂਦੇ ਹਾਂ ਵੀ ਹਾਥੀ ਵਰਗੀਆਂ ਮੱਝਾਂ, ਕੁਛ ਜਿਹੜੀਆਂ ਮੀਣੀ ਮੱਝ ਹੈਗੀ, ਅਤੇ ਦੇਖ ਸਕਦੇ ਹੋ ਮੱਝਾਂ ਵੀ ਬਹੁਤ ਟੋਪ ਕੁਆਲਿਟੀ ਕੁਆਲਿਟੀ ਨੇ, ਤਾਜ਼ੀ ਸੂਈ ਮੱਝ ਹੈਗੀ। ਅਤੇ ਬਾਈ ਕੋਲ ਹੱਸੀ ਜਾਂਦਾ, ਕੈਸਾ ਭਈਆ? ਕਹਿੰਦਾ ਠੀਕ ਹੈਗਾ, ਅਤੇ ਤਾਜ਼ੀ ਸੂਈ ਹੈਗੀ, ਮਗਰ ਕਹਿੰਦੇ ਫੀਮੇਲ ਕਾਫ ਨੂੰ ਜਾਣਾ ਦਿੱਤਾ। ਇੱਧਰ ਸ਼ੇਡਾਂ 'ਚ ਵੀ ਬਹੁਤ ਜ਼ਿਆਦਾ ਗਰਮੀ, ਅਤੇ ਬਹੁਤ ਚੰਗੀ ਮੱਝ ਹੈਗੀ, ਦੇਖ ਸਕਦੇ ਦੁੱਧ ਤਿਆਰ ਰੱਖੀਆਂ 10 ਕਿਲੋ, ਅਤੇ ਛੋਟੀ ਜਿਹੀ ਮੱਝ ਹੈਗੀ, ਅਤੇ ਡਰਦੀ ਵੀ ਨਹੀਂ ਹੈਗੀ, ਸਿੰਗ ਪੂਰੇ ਵਧੀਆ ਚੌੜੇ ਮੱਥੇ ਵਾਲੀ ਹੈ, ਅਤੇ ਕਹਿੰਦੇ ਰੇਟ ਦਾ 95 ਹਜ਼ਾਰ ਸੀਗਾ। ਚੰਗੀਆਂ ਬਰੀਡ ਬਰੀਡ ਦੀਆਂ, ਚੰਗੀਆਂ ਨਸਲ ਦੀਆਂ, ਮੈਂ ਆਪਾਂ ਹਰੇਕ ਵਾਰ ਕਹਿੰਦੇ ਵੀ ਚੰਗੀ ਮੱਝ ਹੁੰਦੀ, ਆਹ ਦੇਖ ਲਓ ਓਪਰੇ ਥਾਂ 'ਚ ਖੜੀ ਹੈਗੀ, ਕੋਈ ਸੰਗਲ ਕੋਈ ਰੱਸਾ ਨਹੀਂ ਹੈਗਾ, ਇਕੱਲੀ ਖੜੀ ਹੈਗੀ। ਅੱਗੇ ਦਿਖਾਵਾਂਗੇ, ਬਹੁਤ ਟੋਪ ਟੋਪ ਦੀਆਂ ਕੁਆਲਿਟੀ ਦੀਆਂ ਮੱਝਾਂ ਹੁੰਦੀਆਂ ਹੈਗੀਆਂ, ਅਤੇ ਦੇਖ ਸਕਦੇ ਹੋ ਨਾ ਥਾਂ ਦੇਖੋ, ਮੁੱਠੀ ਥਾਂ ਪੂਰੀ ਚੰਗੀ ਕੁਆਲਿਟੀ ਦੇ ਲੱਗੇ ਹੋਏ ਹੈਗੇ, ਬਹੁਤ ਚੰਗੀ ਛੋਟੀ ਜਿਹੀ ਮੱਝ ਹੈਗੀ, ਅਤੇ ਰੂਸੀ ਕਲਰ ਦੀ ਹੈਗੀ, ਆਹ ਦੇਖਿਆ ਮੱਝ ਮੱਝ ਹੀ ਹੁੰਦੀ ਆ, ਜਾਂ ਗੱਡੀ ਹੱਥੀ ਵਰਗੀ ਮੱਝ ਹੈਗੀ, ਕੈਮਰੇ 'ਚ ਵੀ ਪੂਰੀ ਨਹੀਂ ਆਉਂਦੀ ਹੈਗੀ, ਜਦੋਂ ਪਿੱਛੇ ਹੋ ਕੇ ਦੇਖਾਂਗੇ ਤਾਂ ਫਿਰ ਕੈਮਰੇ 'ਚ ਆਉਂਦੀ ਹੈਗੀ। ਅੱਜ ਦੇਖ ਲਓ ਭਾਈ ਤਾਊ ਫਿਰਦਾ, ਰਾਊ ਆਇਆ ਫਿਰਦਾ, ਇਹਨਾਂ ਕੋਲ ਮੱਝ ਹੈਗੀ ਚੰਗੀ, ਅਤੇ ਹੋਰ ਦੇਖ ਸਕਦੇ ਹੋਗੇ ਹੈ ਨਾ, ਬੈਠੇ ਬੜੀ ਹੈਗੇ, ਬਹੁਤ ਵਧੀਆ ਕਿਹਾ ਬਾਈ ਕੋਲ ਮੱਝਾਂ, ਆਪਾਂ ਇਹਨਾਂ ਨਾਲ ਗੱਲ ਵੀ ਕਰਾਵਾਂਗੇ। ਅਤੇ ਆ ਕੇ ਦਿਖਾਵਾਂਗੇ ਸਾਨੂੰ ਫੇਰ ਮੱਝਾਂ, ਮੱਝਾਂ ਹੈਗੀਆਂ ਅੱਜ ਵੀਡੀਓ ਬਣਾਉਣੀ ਹੈ, ਹਾਂ ਉਵੇਂ ਬਣਾ ਦਿਆਂਗੇ, ਇੱਕ ਦੀ ਮੱਝ ਦੀ ਬਣਾ ਦੀ ਬਸ।
ਸੂਈ ਹੋਈ ਹੈ ਓਏ ਤੇ ਮੱਝਾਂ ਦੇਖ ਸਕਦੇ ਹੋ ਬਹੁਤ ਹੀ ਟੋਪ ਟੋਪ ਦੀਆਂ ਮੱਝਾਂ ਹੈਗੀਆਂ ਤਾਂ ਇਹ ਇਕੱਲੇ ਪੰਜਾਬ ਦੀਆਂ ਮੱਝਾਂ ਨਹੀਂ ਆ ਤਾਜ਼ੀ ਸੂਈ ਮੱਝ ਹੈਗੀ ਇਕੱਲੇ ਪੰਜਾਬ ਦੀਆਂ ਮੱਝਾਂ ਨਹੀਂ ਗੱਲ ਵਿੱਚ ਰਹਿ ਗਈ ਸੀ ਹਰਿਆਣੇ ਦੀਆਂ ਵੀ ਹੁੰਦੀਆਂ ਹੈਗੀਆਂ ਰਾਜਸਥਾਨ ਦੀਆਂ ਵੀ ਹੁੰਦੀਆਂ ਹੈਗੀਆਂ ਤਾਂ ਚੰਗੀਆਂ ਚੰਗੀਆਂ ਦੇਖ ਆਹ ਪਹਿਲਾਂ ਮੱਝ ਹੈਗੀ ਅਤੇ ਅੱਖਾਂ ਤੋਂ ਹੀ ਲੱਗਦੀ ਹੈ ਸ਼ਰਾਰਤੀ ਜੇ ਅੰਸਰ ਹੈਗੀ ਵੈਸੇ ਕੁਆਲਿਟੀ ਦੀ ਗੱਲ ਕਰੀਏ ਜਾਂ ਬਰੀਡ ਵਾਲ ਕਰੀਏ ਚੰਗੀ ਹੈਗੀ ਮੋਹਰਾ ਜੇਕਰ ਆਪਣੇ ਪਿਓਰ ਮੋਹਰਾ ਤਾਂ ਬਹੁਤ ਘੱਟ ਹੋਰ ਮਿਕਸ ਬਰੀਡ ਜੀ ਵੀ ਹੁੰਦੀ ਹੈ ਅਤੇ ਮੈਂ ਮੱਝ ਦਿਖਾਉਣੇ ਇਹਨੂੰ ਆਪਾਂ ਕੋਪਰ ਦੀ ਕਮੀ ਹੋਈ ਹੈ ਦੇਖੋ ਆਪਾਂ ਉਦੀ ਵੀ ਗੱਲ ਕੀਤੀ ਸੀ ਇਹ ਹੁੰਦੀ ਹੈ ਕੋਪਰ ਦੀ ਕਮੀ ਚਿੱਟੀ ਹੋ ਜਾਂਦੀ ਸਾਰੀ ਹੌਲੀ ਹੌਲੀ ਚਿੱਟੀ ਹੋ ਜਾਣੀ ਹੈਗੀ ਅਤੇ ਬਾਕੀ ਅੱਗੇ ਚੱਲ ਕੇ ਹੁਣ ਦਿਖਾਉਣੇ ਹੈਗੇ ਵੀ ਥਾਣ ਬਾਈਕ ਤੋਂ ਵੀ ਜਾਂਦਾ ਪੈਣਗੀ ਤਾਂ ਉਹਦੇ ਵਿੱਚ ਆਪਾਂ ਜ਼ਰੂਰ ਕਰਾਂਗੇ ਬਹੁਤ ਹੈ ਮੀਣੀ ਮੱਝ ਹੈਗੀ ਆਪਾਂ ਨੂੰ ਬਹੁਤ ਸੋਹਣੀ ਲੱਗਦੀ ਆ ਸਿੰਘ ਦੇਖੋ ਬਹੁਤ ਚੰਗੇ ਆ ਮੱਝ ਦੇ ਆਹ ਮੀਣੀ ਮੱਝ ਸਾਡੇ ਇੰਨੀ ਗਈ ਆ ਕਹਿੰਦੇ ਵੀ ਸਾਡੀ ਵੀਡੀਓ ਸ਼ੂਟ ਕਰੂਗਾ ਬਹੁਤ ਚੰਗੀ ਹੈਗੀ ਕੁਆਲਿਟੀ 'ਚ ਇੰਨੇ ਜਵਾਬ ਲੌਂਗ ਦਿਖਾ ਕੇ ਸਾਨੂੰ ਤਾਂ ਆਪਾਂ ਲਾਈਵ ਦਾ ਸਮਾਪਤੀ ਕਰਾਂਗੇ ਬਹੁਤ ਹੋ ਗਿਆ ਇੰਨੀਆਂ ਮੱਝਾਂ ਦਾ